ਅਗਲੀ ਜਿਹੜੀ ਗੱਲ ਕਰਦੇ ਜਾਈਏ ਜਿਹੜੀ ਨੈਸ਼ਵਿਲ ਟੈਨੇਸੀ ਦੇ ਵਿੱਚ ਕੱਲ ਗੋਲੀਕਾਂਡ ਵਾਪਰਿਆ ਐਲੀਮੈਂਟਰੀ ਸਕੂਲ ਦੇ ਵਿੱਚ ਜਿਸ ਦੇ ਵਿੱਚ ਕੁੱਲ 6 ਜਾਨਿਆਂ ਦੀ ਮੌਤ ਹੋਈ ਆ ਤਿੰਨ ਜਿਨ੍ਹਾਂ ਚ ਅਡਲਟ ਤੇ ਤਿੰਨ ਜਿਹੜੇ ਆ ਉਹ ਛੋਟੇ ਬੱਚੇ ਜਿਹੜੇ ਆ ਉਹ ਸ਼ਾਮ ਨੂੰ ਸੀਗੇ 28 ਸਾਲਾ ਆਰਡਰ ਰੀਜਲਿਜ਼ਬੈਥ ਹੇਲ ਇਸਨੇ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀ ਇਹ ਇੱਥੇ ਦੀ ਸਾਬਕਾ ਵਿਦਿਆਰਥਣ ਜਿਹੜੀ ਉਹ ਰਹੀ ਆ ਇਸਨੇ ਪ੍ਰਾਈਵੇਟ ਜਿਹੜੀਆਂ ਡੋਰ ਸੀਗੀਆਂ ਜਿਹੜੀਆਂ ਪ੍ਰਾਈਵੇਟ ਸੀਗੀਆਂ ਉਸ ਨੂੰ ਗੋਲੀ ਮਾਰੀ ਫਿਰ ਉਸ ਦੇ ਵਿੱਚ ਐਂਟਰੀ ਕਰਕੇ ਉੱਥੇ ਆ ਕੇ ਇਹਨੇ ਗੋਲੀ ਕਾਰਨ ਨੂੰ ਅੰਜਾਮ ਦਿੱਤਾ ਅ ਅਜੇ ਜਿਹੜਾ ਆ ਹਰਜਤ ਸਿੰਘ ਜੀ ਇਹ ਤਾਂ ਨਹੀਂ ਪਤਾ ਵੀ ਕੀ ਜਿਹੜੀ ਇਸ ਦੇ ਪਿੱਛੇ ਕਾਰਨ ਜਿਹੜੇ ਉਹ ਰਹੇ ਆ ਪਰ ਦੱਸਿਆ ਇਹੀ ਜ਼ਿਆਦਾ ਆ ਵੀ ਮਾਰਨ ਦੇ ਪਲਾਨ ਦੇ ਨਾਲ ਹੀ ਇਹ ਜਿਹੜੀ ਐਕਸ ਸਟੂਡੈਂਟ ਇਸੇ ਸਕੂਲ ਦੀ ਆ ਉਹ ਉੱਥੇ ਜਿਹੜੀ ਉਹ ਪਹੁੰਚੀ ਸੀ ਕੋਸ਼ਕ ਜਿਹੜੀਆਂ ਉਸਦੇ ਕੋਲ ਆਈ ਥਿੰਕ ਦੋ ਰਾਈਫਲਸ ਉਹਦੇ ਕੋਲ ਸੀਗੀਆਂ ਜਿਹਦੇ ਨਾਲ ਇਸਨੇ ਗੋਲੀ ਕਾਣ ਨੂੰ ਅੰਜਾਮ ਦਿੱਤਾ ਪੁਲਿਸ ਮੌਕੇ ਵਾਰਦਾਤ ਦੇ ਉੱਤੇ ਪਹੁੰਚੀ ਜਿਹੜੀ ਕੋਸ਼ਿਸ਼ ਚਿਰ ਦੇ ਵਿੱਚ ਉੱਥੇ ਪਹੁੰਚੀ ਤੋਂ ਉਤ ਤੋਂ ਬਾਅਦ ਦੇ ਵਿੱਚ ਉਹਦੇ ਨਾਲ ਅੰਗੇਜ ਹੋਈ ਤੇ ਪੁਲਿਸ ਦੀ ਗੋਲੀ ਦੇ ਨਾਲ ਹੀ ਇਸ 28 ਸਾਲਾ ਬੀਬੀ ਦੀ ਮੌਤ ਬਾਅਦ ਦੇ ਵਿੱਚ ਹੋਈ ਹੈਗੀ ਆ ਹੁਣ ਤੱਕ ਮਰਨ ਵਾਲਿਆਂ ਦੇ ਵਿੱਚ মেট্রোপলিਟਨ ਨੈਸ਼ਨਲ ਪੁਲਿਸ ਡਿਪਾਰਟਮੈਂਟ ਨੇ ਸ਼ਨਾਖਤ ਕੀਤੀ ਆ ਜਿਨ੍ਹਾਂ ਵਿੱਚ ਐਲਵਿਨ ਜਿਹੜਾ ਡਾਈਕਸ 9 ਸਾਲਾਂ ਦਾ ਮਾਈਕ ਹੈਲ 61 ਸਾਲਾਂ ਦਾ ਵਿਲੀਅਮ ਕੈਨੀ 9 ਸਾਲ ਕੈਦਰਨ ਕੌਨ 60 ਸਾਲ ਸਿੰਥੀਆ ਪੀਕ 48 ਸਾਲ ਤੇ ਹੈਲੀ ਸਕਰਗਸ 9 ਸਾਲ ਸੋ ਇੱਕ ਜਿਹੜਾ ਬੱਚਾ ਉਸ ਦਾ ਨੌਵਾਂ ਬਰਥਡੇ ਬਿਲਕੁਲ ਆਉਣ ਵਾਲਾ ਸੀਗਾ ਤੇ ਉਸ ਦੀ ਜਿਹੜੀ ਆ ਇਸ ਗੋਲੀकांड ਦੇ ਵਿੱਚ ਮਤ ਹੋਈ ਹੈਗੀ ਆ ਸੋ ਸਵਾਲ ਇੱਕ ਇਹ ਫਿਰ ਜਿਹੜੇ ਹਰਜੋਤ ਸਿੰਘ ਜੀ ਉੱਠੇ ਉੱਠ ਰਹੇ ਆ ਤੇ ਅੱਗੇ ਜਿਹੜਾ ਉੱਥੇ ਬਣਨਾ ਕੀ ਆ ਇਹ ਕਿਸੇ ਨੂੰ ਅਜੇ ਤੱਕ ਕੁਝ ਨਹੀਂ ਪਤਾ ਹੁਣ ਦੇਖੋ ਵੀ ਬਹੁਤ ਸਾਰੇ ਲੋਕ ਦੋਨੋਂ ਤਰਫੋਂ ਪਈ ਕਹਿੰਦੇ ਵੀ ਗਾਨਾਂ ਦੇ ਖਾਤਮੇ ਦੇ ਨਾਲ ਇਹ ਸਾਰਾ ਕੁਝ ਠੀਕ ਹੋ ਜਾਣਾ ਆ ਦੂਜੀ ਕਹਿੰਦੇ ਆ ਵੀ ਨਹੀਂ ਬੰਦੇ 'ਚ ਪ੍ਰੋਬਲਮ ਆ ਇਨਸਾਨਾਂ 'ਚ ਪ੍ਰੋਬਲਮ ਆ ਇਹਦੇ ਕਰਕੇ ਜਿਹੜਾ ਹੁੰਦਾ ਹੁਣ ਚਾਹੇ ਗਨ 'ਚ ਪ੍ਰੋਬਲਮ ਆ ਚਾਹੇ ਬੰਦੇ 'ਚ ਪ੍ਰੋਬਲਮ ਭਾਈ ਸੋਲੂਸ਼ਨ ਕੋਈ ਨਾ ਕੋਈ ਤਾਂ ਆਪਾਂ ਨੂੰ ਹੁਣ ਲੱਭਣਾ ਪੈਣਾ ਆ ਦੋਨੋਂ ਧਿਰਾਂ ਦੇ ਲੋਕਾਂ ਨੂੰ ਸਿਰ ਜੋੜ ਕੇ ਬੈਠ ਕੇ ਕਿੱਦਾਂ ਇਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਸ ਤੇ ਉੱਤੇ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਦੋਨੋਂ ਹੀ ਦੋਨੋਂ ਹੀ ਜੇ ਆਪਣੀ ਚੀਜ਼ ਦੇ ਉੱਤੇ ਅੜੇ ਰਹੇ ਹੈ ਹੈਲਬੈਂਡ ਜਿਹਨੂੰ ਕਹਿੰਦੇ ਆ ਵੀ ਰਹਿੰਦੇ ਆ ਤਾਂ ਫਿਰ ਕੰਮ ਖਰਾਬ ਜਿਹੜਾ ਹੋਊਗਾ ਇਦਾਂ ਦੀਆਂ ਖਬਰਾਂ ਜਿਹੜੀਆਂ ਆ ਉਹ ਰੋਜ਼ਾਨਾ ਹੀ ਆਪਾਂ ਨੂੰ ਸੁਣਨ ਨੂੰ ਜਿਹੜੀਆਂ ਮਿਲ ਰਹੀਆਂ ਆ ਇਹ ਇੰਨੀ ਕਿ ਹੁਣ ਗੱਲ ਬਾਤ ਜਿਹੜੀ ਹੋਈ ਜਾਂਦੀ ਆ ਆਪਾਂ ਨੂੰ ਇਹ ਆਮ ਜਿਹਾ ਲੱਗਣ ਲੱਗ ਗਿਆ ਆ ਇਹ ਇੱਕ ਚੰਗੀ ਗੱਲ ਨਹੀਂ ਆ ਆਪਾਂ ਇਸ ਦੇ ਪ੍ਰਤੀ ਸੰਵੇਦਨਹੀਨ ਹੁੰਦੇ ਜਾ ਰਹੇ ਆ ਇਹ ਸਿਚੁਏਸ਼ਨ ਹੋਰ ਵੀ ਜਿਹੜੀ ਆ ਉਹ ਮਾੜੀ ਹੋਊਗੀ ਤਿੰਨ ਬੱਚਿਆਂ ਦੀ ਗੋਲੀ ਦੇ ਨਾਲ ਕੋਈ ਕਤਲ ਕਰ ਦਵੇ ਮਾਰ ਦਵੇ ਤਾਂ ਦੁਨੀਆ ਦਹਿਲ ਜਾਂਦੀ ਆ ਇੱਥੇ ਨਿਤ ਆਏ ਦਿਨ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਚਾਹੇ ਮਾਨਸਿਕ ਤੌਰ ਤੇ ਪਰੇਸ਼ਾਨ ਜਿਹੜਾ ਆ ਉਹ ਉਸ ਕਾਰਨ ਕਹਿ ਲੋ ਚਾਹੇ ਗਨ ਕਾਰਨ ਕਹਿ ਲੋ ਕੋਈ ਕਾਰਨ ਕਹਿ ਲੋ ਪਰ ਇਹ ਚੀਜ਼ਾਂ बार-बार ਹੋਣੀਆਂ ਆਪਾਂ ਨੂੰ ਨੰਬ ਬਣਾਉਂਦੀਆਂ ਜਾ ਰਹੀਆਂ ਆ ਕੁਛ ਨਾ ਕੁਛ ਇਸ ਦੇ ਉੱਤੇ ਸਾਰਿਆਂ ਨੂੰ ਦੋਨੋਂ ਹੀ ਤਰ੍ਹਾਂ ਨੂੰ ਜਿਹੜਾ ਉਹ ਬੈਠ ਕੇ ਨਾ ਦੋਨੋਂ ਤਰਫੋਂ ਜੋੜ ਕੇ ਸਿਰ ਜੋੜ ਕੇ ਜਿਹੜੇ ਇਸ ਤੇ ਸੋਲਿਊਸ਼ਨਸ ਵੱਲ ਲੱਭਣੇ ਪੈਣੇ ਆ ਨਹੀਂ ਤਾਂ ਸਥਿਤੀ ਜਿਹੜੀ ਉਹ ਬਹੁਤ ਮਾੜੀ ਪੱਤ ਤੋਂ ਬੱਤਰ ਜਿਹੜੀ ਉਹ ਹੁੰਦੀ ਆ ਜਾਰੀ ਹੈਗੀ ਬਿਲਕੁਲ ਤਿੰਨ ਬੱਚੇ ਸੀ ਤਿੰਨ ਅਡਲਟ ਆ ਜਿਹੜੇ ਬੱਚੇ ਆ 9 ਸਾਲ ਦੀ ਉਮਰ ਦੇ ਆ ਅਡਲਟ ਜਿਹੜੇ 60 61 ਦੇ ਲਗ ਛਗੇ ਹੈਗੇ ਆ 28 ਸਾਲਾਂ ਦੀ ਆਰਡਰੀ ਐਲਿਜ਼ਾਬੈਥ ਹੇਲ ਪਹਿਲਾਂ ਅਨੁਸ ਕੀਤਾ ਗਿਆ ਸੀ ਵੀ ਉਹ ਫੀਮੇਲ ਹੈਗੀ ਆ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਉਹਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਤੇ ਉਹ ਆਪਣੇ ਆਪ ਨੂੰ ਬੰਤਾ ਦੱਸਦੀ ਸੀ ਹੁਣ ਇਹ ਪਤਾ ਚੱਲਿਆ ਵੀ ਉਸ ਦਾ ਜਿਹੜਾ ਜੈਂਡਰ ਆ ਉਹ ਟਰਾਂਸ ਜੈਂਡਰ ਸੀਗੀ ਤੇ ਆਪਣੇ ਹੀ ਉਸਨੇ ਇੱਕ ਹੋਰ ਫਰੈਂਡ ਜੋ ਲੇਡੀ ਆ ਉਸ ਨੂੰ ਟੈਕਸਟ ਕਰਕੇ ਵੀ ਦੱਸਿਆ ਸੀ ਵੀ ਅੱਜ ਮੈਂ ਮਰਨ ਜਾ ਰਹੀ ਆ ਤੇ ਤੈਨੂੰ ਖਬਰਾਂ ਦੇ ਵਿੱਚ ਛੇਤੀ ਪਤਾ ਲੱਗ ਜਾਊਗਾ ਉਸਨੇ ਜੋ ਮੈਂਟਲ ਹੈਲਥ ਵਾਲੇ ਨੰਬਰ ਹੁੰਦੇ 800 ਨੰਬਰ ਉਹ ਤੇ ਕਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਵੀ ਕਿਸੇ ਤਰ੍ਹਾਂ ਪਰ ਉਹ ਕਹਿੰਦੀ ਉਸ ਦੀ ਜਿਹੜੀ ਫਰੈਂਡ ਆ ਉਹ ਕਹਿੰਦੀ ਵੀ ਮੈਨੂੰ ਪਤਾ ਨਹੀਂ ਸੀ ਵੀ ਇਸ ਨੇ ਇਹ ਕੰਮ ਕਰਨਾ ਵੀ ਮੈਂ ਸੋਚਿਆ ਸ਼ਾਇਦ ਇਸ ਨੇ ਆਪਣੇ ਆਪ ਸੁਸਾਈਡ ਕਰ ਲੈਣਾ ਹੈਗਾ ਆ ਸ਼ੂਟਿੰਗ ਦੀ ਗੱਲ ਕਰਦੇ ਜਾਈਏ ਤੇ ਨੈਸ਼ਵੈਲ ਦੇ ਵਿੱਚ ਨੈਸ਼ਵੈਲ ਦੇ ਸਕੂਲਾਂ ਦੇ ਵਿੱਚ ਛੇਵੀਂ ਸ਼ੂਟਿੰਗ ਆ ਟੈਨੇਸੀ ਦੇ ਵਿੱਚ ਦੇਖੋ ਹੁਣ ਤੁਸੀਂ ਕਿੱਡੀ ਵੱਡੀ ਆ ਇਹ ਜਿਹੜਾ ਸਕੂਲ ਆ ਇਹਦੇ 200 ਦੇ ਕਰੀਬ ਬੱਚੇ ਪ੍ਰੀ ਸਕੂਲ ਤੋਂ ਲੈ ਕੇ ਛੇਵੀਂ ਗ੍ਰੇਡ ਤੱਕ ਹੈਗੇ ਆ 50 ਦੇ ਕਰੀਬ ਸਟਾਫ ਮੈਂਬਰ ਹੈਗੇ ਆ ਬਹੁਤ ਹੀ ਅਨਫੋਰਚੂਨੇਟ ਪਾਰਟ ਆ ਦੁਨੀਆ ਦੀ ਸੁਪਰ ਪਾਵਰ ਹੋਣ ਦੇ ਜਿਹੜੀ ਹੋਣ ਵਾਲੀ ਹੋਣ ਵਾਲਾ ਐਡਾ ਵੱਡਾ ਮੁਲਕ ਜਿੱਥੇ 1999 ਤੋਂ ਲੈ ਕੇ ਹੁਣ ਤੱਕ ਕਾਲਮ ਵਾਈਨ ਜਿਹੜਾ ਸਕੂਲ ਸੀ ਜਿਹਦੇ ਵਿੱਚ ਬਹੁਤ 15 ਤੋਂ ਵੱਧ ਸਟੂਡੈਂਟ ਜਿਹੜੇ ਮਾਰੇ ਗਏ ਸੀ ਉਸ ਤੋਂ ਲੈ ਕੇ ਹੁਣ ਤੱਕ 377 ਮਾਰ ਸ਼ੂਟਿੰਗਸ ਕੱਲੀਆਂ ਸਕੂਲ ਦੇ ਵਿੱਚ ਹੋ ਚੁੱਕੀਆਂ ਆ ਤੇ ਜਿਹੜੇ ਪੋਲੀਟੀਸ਼ੀਅਨ ਆ ਹਜੇ ਵੀ ਉਹ ਜਿਹੜੇ ਆ ਇੱਕ ਦੂਜੇ ਨੂੰ ਸਿਰਫ ਜਿਹੜੀ ਆ ਸ਼ਬਦੀ ਜੰਗ ਰਹੀ ਜਿਹੜੀ ਜਵਾਬ ਦੇ ਰਹੇ ਆ ਪਰ ਸੀਰੀਅਸਲੀ ਕੋਈ ਨਹੀਂ ਲੈ ਰਿਹਾ ਸੋ ਆਪਾਂ ਜਿਹੜੇ ਸਾਰੇ ਹੈਗੇ ਆ ਵਸਿੰਦੇ ਆ ਅਮਰੀਕਾ ਦੇ ਸਿਟੀਜ਼ਨ ਆ ਆਪਣੇ ਆਪਣੇ ਜਿਹੜਾ ਸੈਨੇਟਰ ਕਾਂਗਰਸਮੈਨ ਆ ਉਹਨਾਂ ਦੇ ਕੋਲ ਤੁਹਾਨੂੰ ਜਿਹੜਾ ਕਨਸਰਨ ਹੋਣਾ ਚਾਹੀਦਾ ਆ ਹੁਣ ਕਈ ਵਾਰੀ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਇਲੀਗਲ ਗਨ ਮਿਲਣੀ ਬੜੀ ਸੌਖੀ ਆ ਹੁਣ ਇਸ ਜੋ ਆਰਡਰੀ ਹੈਗੀ 28 ਸਾਲਾਂ ਦੀ ਜਿਸ ਨੇ ਇਹ ਬਹੁਤ ਹੀ ਘਣਾਉਣਾ ਕੰਮ ਕੀਤਾ ਹੈਗਾ ਉਹਦੇ ਕੋ ਦੋ ਗੰਨਾਂ ਤਾਂ ਲੀਗਲੀ ਖਰੀਦੀਆਂ ਹੋਈਆਂ ਸੀ ਸੋ ਉਥੇ ਹੁਣ ਤੁਸੀਂ ਕੀ ਕਰ ਸਕਦੇ ਹੈਗੇ ਆ ਜਦੋਂ ਇੱਕ ਪਾਸੇ ਇਹ ਵੀ ਕਹਿੰਦੇ ਆ ਵੀ ਪੂਰੀ ਤਰ੍ਹਾਂ ਵੈਰੀਫਾਈ ਕਰੋ ਉਹਨਾਂ ਦੀ ਜਿਹੜੀ ਹੈਗੀ ਆ ਬੈਕਗ੍ਰਾਉਂਡ ਚੈੱਕ ਕਰੋ ਹੁਣ ਉਥੇ ਕੀ ਕਰ ਲੂਗੇ ਜਦ ਲੀਗਲੀ ਉਸਨੇ ਜਿਹੜੀਆਂ ਦੋ ਗੱਨਾਂ ਖਰੀਦੀਆਂ ਹੋਈਆਂ ਸੀ ਜੀ ਬਿਲਕੁਲ ਸੋ ਬੈਕਗ੍ਰਾਉਂਡ ਚੈੱਕ ਨੂੰ ਲੈ ਕੇ ਤਾਂ ਭਾਈ بڑے ਜਿਹੜੇ ਹੁਣ ਸਵਾਲ ਆ ਅ ਅੱਗੇ ਹੁੰਦਾ ਸੀਗਾ ਵੀ ਇਲੀਗਲੀ ਖਰੀਦੀ ਆ ਜੀ ਇਹ ਖਰੀਦ ਨਹੀਂ ਸਕਦੇ ਤੇ ਨੇ ਤਾਂ ਇਦਾਂ ਕਰਤਾ ਉਹ ਲੀਗਲੀਕ ਰੀਤੀਕੈ ਤਾਂ ਕਰ ਰਹੇ ਆ ਸੋ ਵਿਚ ਵਿਚਾਲੇ ਤਾਂ ਫਿਰ ਇਹੀ ਚੀਜ਼ ਫਸੀ ਰਹਿ ਜੀ ਵੀ ਜਿਹਦੇ ਹੱਥ ਦੇ ਵਿੱਚ ਹਥਿਆਰ ਆ ਵੀ ਉਹਦੇ ਤੇ ਹੀ ਕੁਛ ਨਾ ਕੁਛ ਫੋਕਸ ਕਰਨ ਦੀ ਲੋੜ ਆ ਵੀ ਕਿਉਂ ਜਿਹੜੇ ਅਜਿਹੇ ਲੋਕ بار بار ਜਿਹੜੇ ਉਹ ਸਾਹਮਣੇ ਆ ਰਹੇ ਆ ਵੀ ਉਹ ਹੀ ਜਿਹੜੇ ਅਜਿਹਿਆਂ ਗੋਲੀ ਕਾਂਡ ਨੂੰ ਕਿਉਂ ਅੰਜਾਮ ਦੇ ਰਹੇ ਹੈਗੇ ਆ ਸੋ ਭਾਈ ਇਹ ਦੇ ਇਹਦੇ ਤੇ ਮੈਂ ਦੇਖ ਰਿਹਾ ਸੀਗਾ ਵੀ ਕੱਲ ਅ ਪਬਿਕੇਸ ਤਰੀਕੇ ਦੇ ਨਾਲ ਇੱਕ ਬੀਬੀ ਇੱਕ ਜਿਹੜੀ ਕਿ ਆਪਣੇ ਬੱਚਿਆਂ ਨੂੰ ਉੱਥੇ ਚੱਕਣ ਆਈ ਉਹਨੇ ਇਨ ਪ੍ਰੌਮਟੂ ਜੀਆਂ ਜਿਹੜੀਆਂ ਉਹ ਉੱਥੇ ਗੱਲਾਂ ਜਿਹੜੀਆਂ ਉਹ ਕਹਿੰਿਆ ਵੀ ਭਾਈ ਤੁਸੀਂ ਇੱਥੇ ਆਉਂਦੇ ਥੱਕਦੇ ਨਹੀਂ ਵੀ ਗੋਲੀ ਕਾੰਡ ਵਾਲੇ ਥਾਂ ਦੇ ਉੱਤੇ ਆ ਕੇ ਤੁਸੀਂ ਥੱਕਦੇ ਨਹੀਂ ਕਦੋਂ ਆਪਾਂ ਇਸ ਦੇ ਸੋਲੂਸ਼ਨ ਜਿਹੜੇ ਉਹ ਲੱਭਾਂਗੇ ਅਸੀਂ ਥੱਕ ਚੁੱਕੇ ਹਾਂ ਅਸੀਂ ਮਤਲਬ ਟਾਇਰਡ ਹੋ ਚੁੱਕੇ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਇੱਥੇ ਜਿਹੜਾ ਜੋ ਅਸੀਂ ਨਹੀਂ ਕਲੋਵਿਸਟ ਦੇ ਹਾਈ ਸਕੂਲ ਦੇ ਵਿੱਚ ਕਿਸੇ ਨੇ ਕਈ ਦਿਨ ਲਗਾਤਾਰ ਇਦਾਂ ਹੀ ਝੂਠੀਆਂ افواਹਾਂ ਜਿਹੜੀਆਂ ਉਹ ਫਲਾਉਂਦੇ ਰਹੇ ਜਿਹਦੇ ਕਰਕੇ ਲੋਕਾਂ ਦੇ ਦਿਲ ਜਿਹੜੇ ਉਦਾਂ ਹੀ ਘਟ ਜਾਂਦੇ ਆ ਵੀ ਨਿਆਂਿਆਂ ਨੂੰ ਲੈ ਕੇ ਵੀ ਹੁਣ ਅੱਗੇ ਜਿਹੜਾ ਉਹ ਕੀ ਬਣਨਾ ਜਿਸ ਤਨ ਲਾ ਕੇ ਉਸ ਨੂੰ ਵੀ ਪਤਾ ਲੱਗਦਾ ਆ ਇਹ ਵੀ ਹੋ ਕੀ ਰਿਹਾ ਹੈਗਾ ਆ ਕਈ ਇਹਦੀ ਨਾ ਆਪਾਂ ਲੱਗਦਾ ਵੀ ਸ਼ਾਇਦ ਉਹ ਪਰੇ ਸਕੂਲ ਚ ਹੋਈ ਜਾਂਦਾ ਵੀ ਆਪਾਂ ਨੂੰ ਕੋਈ ਅਸਰ ਨਹੀਂ ਹੋਣਾ ਸ਼ਦਾਈਆਂ ਦਾ ਕਿਤੇ ਘਾਟ ਨਹੀਂ ਹੈਗੀ ਕਿਤੇ ਵੀ ਕਦੋਂ ਵੀ ਜਿਹੜੀ ਇਦਾਂ ਦੀ ਸਥਿਤੀ ਜਿਹੜੀ ਉਹ ਹੋ ਸਕਦੀ ਹੈਗੀ ਆ ਸੋ ਆਪਾਂ ਨੂੰ ਬੜੇ ਵਿਜੀਲੈਂਟ ਜਿਹੜਾ ਉਹ ਰਹਿ ਕੇ ਸਕੂਲ ਆਣਾ ਦੇ ਨਾਲ ਮਿਲ ਕੇ ਸੋਲੂਸ਼ਨਸ ਦੇ ਵੱਲ ਨੂੰ ਜਿਹੜਾ ਉਹ ਵਧਣ ਦੀ ਜ਼ਰੂਰਤ ਆ ਵੀ ਕਿੱਦਾਂ ਭਾਈ ਇਹਨਾਂ ਨੂੰ ਜਿਹੜਾ ਆ ਉਹ ਠੀਕ ਕੀਤਾ ਜਾ ਸਕੇ